ਜਿਹੜੇ ਪੱਗ ਬੰਨਣਾ ਜਾਣਦੇ ਆ ਉਹ ਪੱਗ ਸੰਭਾਲਣਾ ਵੀ ਜਾਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਕਚੁਅਲ ਸਿੱਖ ਜੋ ਅਸੀਂ ਅੱਜ ਖਤਮ ਹੋ ਰਿਹਾ ਨਾ ਜੋ ਚੀਜ਼ ਪੱਗ ਸਰਦਾਰੀ ਉਹ ਚੀਜ਼ ਹੈ। ਆਈਡੀਆ ਬਿਲਕੁਲ ਨਿਊ ਹੈ ਔਰ ਬਹੁਤ ਫਰੈਸ਼ ਮੂਵੀ ਲੱਗੀ। ਸਟਾਰਟਿੰਗ ਜੋ ਥੋੜਾ ਜਿਹਾ ਸਲੋ ਚੱਲਦੀ ਹੈ ਲੇਕਿਨ ਬਾਅਦ ਚ ਬਹੁਤ ਵਧੀਆ ਲੱਗਦੀ ਹੈ। ਬਹੁਤ ਅੱਛੀ ਸੀ, ਬਹੁਤ ਅੱਛੀ, ਰੀਲੀ ਹਾਰਟ ਟੱਚਡ। ਬਹੁਤ ਵਧੀਆ ਫਿਲਮ ਸੀਗੀ, ਪੂਰੀ ਇਨਸਪਾਇਰਿੰਗ ਫਿਲਮ ਹੈ। ਫਿਲਮ ਬਹੁਤ ਕਮਾਲ ਦੀ, ਆਰਟਿਸਟ ਨੇ ਬਹੁਤ ਵਧੀਆ ਕੰਮ ਕੀਤਾ, ਥੀਮ ਬਹੁਤ ਵਧੀਆ ਸੀ, ਬਹੁਤ ਜ਼ਿਆਦਾ ਵਧੀਆ ਫਿਲਮ ਸੀ, ਬਹੁਤ ਅੱਛੀ ਹੈ। ਪਹਿਲੀ ਵਾਰੀ ਬਣੀ ਹੈ ਜਿਹੜੀ ਹਿਸਟੋਰੀਕਲ ਉਹਦੇ ਬਣੀ ਹੈ ਜਿਹੜੀ ਨਾ ਰੋਂਡੀ ਦੀ, ਬਹੁਤ ਅੱਛੀ ਮੂਵੀ ਹੈ। ਬਹੁਤ ਵਧੀਆ ਮੂਵੀ ਸੀਗੀ, ਇਮੋਸ਼ਨਲ ਵੀ ਸੀਗੀ, ਕਾਮੇਡੀ ਵੀ ਸੀਗੀ ਵਿੱਚ। ਸਿਰਾ ਬਹੁਤ ਵਧੀਆ ਜੀ, ਬਹੁਤ ਸੋਹਣੀ ਰਹੀ ਮੂਵੀ, ਇਤਿਹਾਸ ਨਾਲ ਜੋੜਨ ਵਾਲੀ ਹੈ ਤੇ ਸਾਨੂੰ ਬੱਚਿਆਂ ਨੂੰ ਸਿੱਖਿਆ ਦੇਣ ਵਾਲੀ ਹੈ। ਬਹੁਤ ਅੱਛੀ ਸੀ, ਵਧੀਆ ਸੀਗੀ। ਦਲਜੀਤ ਭਾਜੀ ਨੇ ਇੱਥੋਂ ਚੱਕ ਕੇ ਪੰਜਾਬੀ ਬਾਲੀਵੁੱਡ ਨੂੰ ਉੱਪਰ ਲੈ ਕੇ ਗਏ ਆ, ਬਹੁਤ ਅਲੱਗ ਆ। ਹੁਣ ਤਾਂ ਪੱਗ ਦੀ ਅਲੱਗ ਚੀਜ਼ ਹੈ, ਕੰਮ ਸ਼ੁਰੂ ਕਰ ਦਿੱਤਾ ਹੈ ਬਾਲੀਵੁੱਡ, ਹੁਣ ਤਾਂ ਉਹਨਾਂ ਦਾ ਸਟੈਂਡਰਡ ਬਹੁਤ ਜ਼ਿਆਦਾ ਹਾਈ ਹੋ ਗਿਆ। ਹੁਣ ਤਾਂ ਫਿਲਮ ਵੀ ਉਹਨਾਂ ਨੇ ਬਹੁਤ ਵਧੀਆ, ਬਹੁਤ ਵਧੀਆ ਕਨਸੈਪਟ ਬਣਾਇਆ ਉਹਨਾਂ ਨੇ ਫਿਲਮ ਦਾ, ਯਾਨੀ ਕਿ ਅਲੱਗ ਚੀਜ਼ ਪੇਸ਼ ਕੀਤੀ ਉਹਨਾਂ ਨੇ। ਬਹੁਤ ਸੋਹਣੀ ਫਿਲਮ ਸੀ, ਜੋ ਕੁਰਬਾਨੀ ਕੀਤੀ ਹੈ ਸਰਦਾਰ ਨੇ ਕੀਤੀ ਹੈ। ਦਲਜੀਤ ਨੇ ਕੰਮ ਬਹੁਤ ਵਧੀਆ ਕਰਿਆ ਹੋਇਆ ਫਿਲਮ 'ਚ, ਤਾਂ ਫਿਲਮ ਬ੍ਰੇਵ ਸੋਲਜਰਸ 'ਤੇ ਹੈ ਤਾਂ ਬਹੁਤ ਵਧੀਆ ਫਿਲਮ ਹੈ। ਸਭ ਦੀ ਐਕਟਿੰਗ ਅੱਛੀ ਸੀ, ਆਪਣੀ ਆਪਣੀ ਜਗ੍ਹਾ ਸਭ ਅੱਛੇ ਸੀਗੇ। ਦਲਜੀਤ ਬਾਬਾ ਇਜ਼ ਵੈਲ ਲੁਕਿੰਗ ਵੈਰੀ ਨਾਈਸ, ਵੈਰੀ ਔਸਮ ਮੂਵੀ। ਬਹੁਤ ਸੋਹਣੀ ਐਕਟਿੰਗ ਭਾਜੀ ਦੀ। ਸੁਨੰਦਾ ਜੀ ਦਾ ਮਤਲਬ ਜ਼ਿਆਦਾ ਰੋਲ ਨਹੀਂ ਹੈਗਾ, ਬਟ ਜਿੰਨਾ ਕਿ ਵੀ ਸੀ ਵਧੀਆ ਕੀਤਾ ਉਹਨਾਂ ਨੇ। ਪਹਿਲੀ ਵਾਰੀ ਮੈਂ ਤਾਂ ਦੇਖਿਆ ਉਹਨਾਂ ਨੂੰ ਐਕਟਿੰਗ ਕਰਦੇ ਹੋਏ। ਦਲਜੀਤ ਦੋਸਾਂਝ ਦਾ ਸੱਜਣ ਗਾਣਾ ਬਹੁਤ ਵਧੀਆ ਲੱਗਿਆ। ਆਯੂ ਸਾਕੀ ਸੋਹਣੇ, ਅੱਜ ਪੀਪਾ ਖੜਕੂ, ਸਭ ਤੋਂ ਵਧੀਆ ਗਾਣੇ, ਮੈਂ ਸਾਰੇ ਬਾਣੀ ਗਾਣੇ ਵਧੀਆ ਸੀ। ਪਿਆਸ ਗਾਣਾ ਅੱਛਾ ਲੱਗਿਆ ਸਭ ਤੋਂ। ਮਿਲ ਕੇ ਮਿਲਨੇ ਦੀ ਆਸ ਬਾਕੀ ਏ, ਸਾਨੂੰ ਧਰਤੀ ਮਿਲੀ ਹੈ ਪਿਆਰ ਦੀ, ਹਾਲੀ ਸਾਰਾ ਆਕਾਸ਼ ਬਾਕੀ ਹੈ। 5 ਚੋਂ 5 ਦੇਵਾਂਗਾ ਜੀ, 5 ਸਟਾਰ, ਸਾਰੇ ਸਟਾਰ ਉਹਨਾਂ ਦੇ ਆ। 5 ਚੋਂ 5 ਤੋਂ 10, 5 out of 5, 5 out of 5, 5 to 4.5, 5 5 out of 5, 4 ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਬੀ ਐਨ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਦ ਫਿਲਮਸ।